ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਕੱਪੜੇ ਧੋ ਹੋ ਰਹੇ ਸਵੇਰੇ ਸਵੇਰੇ, ਤੇ ਮੇਰੀ ਅਚਾਨਕ ਨਿਗਾਹ ਪਈ ਵੀ ਮੇਰਾ ਇਕਲੌਤਾ ਸੂਟ ਵੀ ਧੋਤਾ ਗਿਆ ਆ। ਜੇ ਕੱਪੜੇ ਨਾ ਮਿਲਣ ਤਾਂ ਮੈਂ ਆ ਨਾਈਟ ਸੂਟ ਤੇ ਜਾਣਾ ਪੈਣਾ ਮੈਨੂੰ। ਚਲੋ ਜੀ, ਇਸ ਟਾਈਮ ਤਾਂ ਅਸੀਂ ਖਾ ਰਹੇ ਸੀ ਪਕੌੜੇ, ਆਨੰਦ ਹੋ ਗਿਆ ਸੀ। 8 ਵਜੇ ਆਪਾਂ ਉੱਥੇ ਚੱਲ ਗਏ ਸੀ, ਨਾ ਪਕੌੜੇ ਕਿਹੜੇ ਹੁੰਦੇ ਸੀ ਆਪਾਂ ਤਾਂ ਉੱਥੇ ਫਿਰਦੇ ਸੀ ਸੂਰੇ ਦੇ, ਜਿਹੜਾ ਡਿਲੀਟ ਹੋਇਆ ਸੀ। ਨਹੀਂ, ਖਾ ਕੇ ਗਏ ਸੀ ਆਪਾਂ, ਖਾ ਕੇ ਜਦੋਂ ਅਸੀਂ ਵੀ ਸਿੱਧੇ ਗਏ ਸੀ। ਨਹੀਂ, ਪਹਿਲਾਂ ਆਪਾਂ ਉੱਥੇ ਗਏ ਸੀ, ਖਾ ਕੇ ਫਿਰ ਦੁਬਾਰਾ ਗਏ ਸੀ। ਕੌਣ ਕਹਿੰਦਾ? ਜਦੋਂ ਜਹਿਦ ਜੀ ਆ ਵੀ ਕਿੱਥੋਂ ਕਿੱਥੇ ਗਏ ਸੀਗੇ। ਚੱਲ ਕੋਈ ਨਹੀਂ, ਬਸ ਆ ਜਾਂਦਾ। ਵੈਸੇ ਅਮਨਿੰਦਰ ਦੇ ਭਾਬੀ ਨਾ ਪੀਣ ਸੀ ਨਾ ਜਮਾ। ਅਮਨਿੰਦਰ ਉਹੀ ਬੋਲੀ ਜਾਂਦੀ ਆ ਹਾ। ਸੁੱਤੀਆਂ ਹੀ ਨੀ ਅਸੀਂ, ਜਾਗੋ ਵਾਲੇ ਦਿਨ ਆਥਣੇ ਨਾਤੀਆਂ ਅਮਨਿੰਦਰ ਤੋਂ ਸੁਣ ਲਿਓ, ਇੰਨਾ ਝੂਠ ਬੋਲਦੀ ਹੈ ਕੁੜੀ ਸਵੇਰੇ ਸਵੇਰੇ। ਆ ਗਈ, ਆਪਾਂ ਨਾਤੀਆਂ ਸੀ ਹਨਾ, ਉਧਰ ਕਹੀ ਜਾਂਦੀ ਬਲੌਗ ਦੇ ਨਾਤੀਆਂ ਨੀ ਆਏ। ਸਤਿ ਸ਼੍ਰੀ ਅਕਾਲ ਅੰਕਲ ਜੀ, ਗੁੱਡ ਮਾਰਨਿੰਗ, ਵਿਆਹ ਦੀ ਆਵਾਜ਼ ਬਸ ਮੁਬਾਰਕ ਆ। ਏਦਾਂ ਠੰਡ ਚ ਸੁਕੜੇ ਬੈਠੇ ਆ, ਜੰਨ ਲੈ ਕੇ ਜਾਣੀ ਉੱਠੋ ਨਾ, ਉਹ ਕਰਦੀ ਸਲਮਾਨ ਖਾਨ ਬਣਦੀ ਆ। ਘਰੋਂ ਨਿਕਲਣ ਨੂੰ 24 ਘੰਟੇ ਹੋ ਚੁੱਕੇ ਆ, 1 ਵਜੇ ਕੱਲ ਨਿਕਲੇ ਸੀ ਤੇ ਅੱਜ ਵੀ 1 ਵਜੇ ਹੀ ਘਰੋਂ। ਜਿਹੜਾ ਅੱਜ ਆਪਾਂ ਹੁਣ ਪਹਿਲਾਂ ਤਾਂ ਨਿਕਲੇ ਹਾਂ, ਵੈਸੇ ਸ਼ਾਮ ਅੱਜ ਹੈਗੀ ਆ ਦਿਲਖੁਸ਼ ਬਾਈ ਦੀ ਐਨਵਰਸਰੀ, ਅਤੇ ਉਹ ਕਹਿੰਦੇ ਵੀ ਅਸੀਂ ਵੀ ਕੰਮ ਨਿਬੇੜ ਲਈ, ਅਤੇ ਅਸੀਂ ਸੋਚਿਆ ਵੀ ਆਪਾਂ ਵੀ ਜਾ ਕੇ ਆਪਦੇ ਜਿਹੜੇ ਬੁਟੀਕ ਦੇ ਕੰਮ ਆ ਹੈ ਨਾ ਕੱਲ੍ਹ, ਕਿਉਂਕਿ ਹੋਏ ਨਹੀਂ ਆਪਣੇ ਜਿਹੜੇ ਕੰਮ ਸੀਗੇ, ਸੋ ਅੱਜ ਅਸੀਂ ਸੋਚਿਆ ਵੀ ਪਹਿਲਾਂ ਜਾ ਕੇ ਆਪਾਂ ਕੰਮ ਨਿਬੇੜ ਗਏ। ਸਵੇਰੇ ਮੈਂ ਪਿੰਡ ਗਿਆ, ਪਿੰਡ ਜਾ ਕੇ ਤਿਆਰ ਹੋ ਕੇ ਆਇਆ, ਅਤੇ ਜੋ ਉੱਥੇ ਇੱਥੋਂ ਤਿਆਰ ਹੋ ਗਈ, ਤਕਦੀਰ ਦੇ ਕੱਪੜੇ ਚੱਕ ਲਏ ਸੀ, ਅਤੇ ਹੁਣ ਆਪਾਂ ਜਿਹੜਾ ਆ ਕੰਮ ਨਿਬੇੜ ਲਈਏ, ਫਿਰ ਉਸ ਤੋਂ ਬਾਅਦ ਫਿਰ ਕੁਛ ਉਹਨੂੰ ਉੱਥੇ ਆ ਜਾਣਗੇ, ਫਿਰ ਉਦੋਂ ਬਾਅਦ ਕਰਦੇ ਹਾਂ ਸ਼ਾਮ ਤੱਕ ਚਿੱਲ। ਚਿੱਲ ਤਾਂ ਵੈਸੇ ਮੌਸਮ 'ਚ ਹੀ ਬਹੁਤ ਆ, ਅਤੇ ਪਰ ਆਪਾਂ ਹਾਂ ਧੁੱਪ ਵੈਸੇ ਬਹੁਤ ਸੋਹਣੀ ਨਿਕਲੇ ਹੀ ਆ, ਅਤੇ ਰੱਬ ਨੇ ਬਹੁਤ ਸੋਹਣੀ ਸੁਣ ਲਈ ਆ, ਅਤੇ ਬਸ ਇੱਦਾਂ ਹੀ ਧੁੱਪਾਈਆਂ ਲੱਗਣ ਲੱਗ ਜਾਣ, ਅਤੇ ਦਿਨ ਸੋਹਣੇ ਹੋ ਜਾਣ, ਅਤੇ ਜੀ ਕਰਨ ਲੱਗੇ ਕੰਮ ਕਰਨ ਨੂੰ, ਹੈ ਨਾ ਜੀ। ਹੁਣ ਤਾਂ ਕੰਮ ਕਰਨਾ ਪੈਂਦਾ ਨਾ, ਮਤਲਬ ਫਿਰ ਬੰਦੇ ਦਾ ਐਂ ਹੁੰਦਾ ਵੀ ਯਾਰ ਹਾਂ ਠੰਡ ਨਹੀਂ ਹੈਗੀ, ਠੀਕ ਆ। ਕਾਕੇ ਸਿੱਧੀ ਲਾ ਉਪੋ, ਸਿੱਧੀ ਲਾ ਲਾ, ਸਿੱਧੀ ਕਰਕੇ ਲਾ ਲਾ। ਮੰਮਾ ਤੈਨੂੰ ਕੱਲ ਲਾ ਕੇ ਦਿੱਤੀ ਆ ਨਵੀਂ, ਮੰਮਾ ਤੈਨੂੰ ਨਵੀਂ ਲਾ ਕੇ ਦਿੱਤੀ ਆ, ਕਿੱਥੇ ਉਹ ਗਾਲ ਚ ਥੋੜੀ ਪਾਉਣੀ ਆ, ਇੱਥੇ ਲਾ, ਇੱਥੇ ਲਾ ਲਾ ਸ਼ਹਿਰ ਤੇ। ਤੂੰ ਮੰਮਾ ਦੇ ਲਾਈ ਦੇਖੀ ਆ ਨਾ, ਇੰਨਾ ਤੁਤਰਾ ਦਾਤਾ ਹੈ, ਤੁਤਰਾ ਦਾਤਾ ਓਏ, ਅੱਖ ਚ ਨਵਰਾ ਲਈ ਪੁੱਪੂ, ਪੁੱਠੀ ਲਾਈ ਜਾਂਦਾ। ਲਿਆ ਮੰਮਾ ਲਾਵੇ, ਮੰਮਾ ਲਾਵੇ, ਮੰਮਾ ਲਾਵੇ। ਵਾਹ,
ਲੋ ਬਈ ਅੱਜ ਤਾਂ ਸਾਨੂੰ ਜਗ੍ਹਾ ਮਿਲ ਗਈ ਆ, ਪਰ ਮਿਲੀ ਥੋੜੀ ਜੀ ਨਹੀਂ, ਪਰ ਠੀਕ ਹੀ ਆ, ਇੰਨੀ ਵੀ ਨਹੀਂ ਦੂਰ ਹੈਗੀ। ਬਠਿੰਡੇ ਵਿਚ ਕਿਹੜਾ ਕਿਹੜਾ ਪ੍ਰੋਗਰਾਮ ਆ, ਮਤਲਬ ਬਹੁਤ ਜ਼ਿਆਦਾ ਪਿੱਛੋਂ ਸਟਾਰਟ ਹੋਇਆ ਆ ਗੋਨਿਆਣੇ ਤੋਂ ਹੀ। ਚਲੋ ਤਕਦੀਰ ਚਲੀਏ, ਤੇ ਧੁੱਪ ਵੀ ਬਹੁਤ ਵਧੀਆ ਨਿਕਲ ਆਈ ਆ, ਤੇ ਕੋਟੀਆਂ ਮੇਰੇ ਹਿਸਾਬ ਨਾਲ ਲੱਤ ਜਾਣਗੀਆਂ ਥੋੜੇ ਕੁ ਦਿਨਾਂ ਤੱਕ, ਹਨਾ ਕਾਕੇ। ਮੇਰਾ ਫੇਵਰੇਟ ਲੰਗਰ ਲੱਗਿਆ ਕੜੀ ਚੌਲਾਂ ਦਾ, ਮੈਂ ਤੈਨੂੰ ਪਹਿਲੇ ਕਹਿਤਾ ਮੈਂ ਕੜੀ ਚੌਲ ਖਾਊਂਗੀ। ਵੀ ਆਪਣਾ ਨਾ ਸਿਮ ਬੰਦ ਹੋ ਗਿਆ ਸੀ ਵੀਆਈ ਦਾ, ਤੇ ਵੀਆਈ ਦੇ ਸਟੋਰ 'ਚ ਜਾ ਕੇ ਚਲਵਾਇਆ, ਕਿਉਂਕਿ ਯਾਰ ਮੇਰੇ ਸਾਰੇ ਇੰਪੋਰਟੈਂਟ ਕਾਲ ਉੱਥੇ ਆਉਂਦੇ ਸੀ। ਅੱਜ ਸ਼ਹਿਰ 'ਚ ਰਸ਼ ਬਹੁਤ ਆ, ਕੰਮ ਸਾਡੇ ਆਲਮੋਸਟ ਨਿਬੜ ਗਏ ਆ। ਵੈਸੇ ਨਿਬੇੜਦਿਆਂ ਨਿਬੇੜਦਿਆਂ ਨੂੰ ਸਾਨੂੰ 2 ਘੰਟੇ ਲੱਗ ਗਏ, ਅਸੀਂ ਸੋਚਦੇ ਸੀ ਘੰਟੇ 'ਚ ਕੰਮ ਨਿਬੜ ਜਾਣਗੇ, ਪਰ ਚਲੋ ਫਿਰ ਵੀ ਦਿਲਖੁਸ਼ ਅਰਗੇ ਵੀ ਆ ਗਏ। ਹੁਣ ਕਰਦੇ ਹਾਂ ਚਿੱਲ ਵਿੱਲ, ਅਤੇ ਦਿਲਖੁਸ਼ ਦਾ ਗਿਫਟ ਵੀ ਪੈਕ ਕਰਾਉਣਾ ਸੀ, ਪਰ ਹੁਣ ਸੋਚਿਆ ਵੀ ਐਂ ਦੇ ਦਾਂਗੇ, ਕੋਈ ਗੱਲ ਨਹੀਂ, ਕਿਉਂਕਿ ਪੈਕ ਕਿੱਥੇ ਕਰਾਵਾਂਗੇ ਨਾ, ਇੱਦਾਂ ਹੀ ਦੇ ਦਾਂਗੇ ਗਿਫਟ ਤਾਂ, ਕਿਉਂਕਿ ਉਹਨੇ ਵਿੱਚੋਂ ਨਿਕਲਣਾ ਹੀ ਆ। ਹੁਣ ਇੱਥੇ ਆਪਾਂ ਦੇ ਦਾਂਗੇ ਪਹਿਲਾਂ ਗਿਫਟ ਹੀ ਦੇਵਾਂਗੇ ਦਿਲਖੁਸ਼ ਨੂੰ, ਫਿਰ ਜਾਵਾਂਗੇ, ਪਤਾ ਨਹੀਂ ਕਹਿੰਦਾ ਪੁੱਛੋ ਜਾਣਾ ਸ਼ਾਇਦ। ਅਤੇ ਬਾਕੀ ਕੰਮ ਆਪਣੇ ਬਈ ਠੀਕ ਆ, ਨਿਬੜ ਗਏ, ਟੈਨਸ਼ਨ ਫਰੀ ਹੋ ਗਏ, ਕਿਉਂਕਿ ਕੁਛ ਉਲਝਣ ਜੀ ਪੈ ਗਈ ਸੀਗੀ, ਪਰ ਠੀਕ ਆ। ਅਤੇ ਦੂਜੇ ਨੰਬਰ 'ਤੇ ਭਾਈ ਪੂਰੀ ਯਾਤਰਾ ਕੱਢੀ ਜਾਂਦੇ ਆ ਪੂਰੇ ਕੰਮ ਯਾਰ, ਠੀਕ ਹੈ ਯਾਰ, ਬੁੜੀਆਂ ਹੀ ਆ ਸਾਰੀਆਂ ਗੱਡੀਆਂ ਚਲਾਉਣ ਵਾਲੀਆਂ। ਚਲੋ ਸਾਰੀਆਂ ਬੁੜੀਆਂ ਤਕਰੀਬਨ ਪੈਕ ਨਹੀਂ ਕਰਾਇਆ ਗਿਆ ਸਾਥੋਂ, ਮਿਲਿਆ ਲੇਟ ਫੋਨ 15-20 ਕਰਨ ਤੋਂ ਬਾਅਦ। ਹੋਰ ਆ ਜਾਓ ਆ ਜਾਓ ਹੁਣ ਇੱਥੇ, ਦੋਨੇ ਜਾਣੇ ਖੜ ਕੇ ਉਹ ਪੈਠੀ ਕਰ ਲਈ ਇੱਧਰ ਨੂੰ, ਰੱਖ ਲੋ ਹੁਣ, ਚਲੋ ਫਿਰ ਟੇਕੂ ਮੱਥਾ ਮਾਰ ਕੇ ਥੱਪੀਆਂ ਇੱਥੇ ਰੱਖ ਦੋ, ਹੋਰ ਗੱਡੀ ਚ ਰੱਖ ਦੇ, ਹੁਣ ਤਾਂ ਰੱਖ ਮੈਂ ਰੋਟੀ ਖਾ ਰਿਹਾ ਸੀ ਇਸ ਟਾਈਮ, ਸਹੀ ਗੱਲ ਹੈ, ਬਾਬੇ ਦੇ ਖਾ ਕੇ ਲਾਇਆ ਨੀ ਸੋ, ਮੈਂ ਖਾ ਪੀ ਕੇ ਰੱਜ ਕੇ ਹੈ ਨਾ ਵੀ, ਤੇ ਹੁਣ ਕਹਿੰਦੇ ਫੈਕਟਰੀ ਆਊਟਲੈਟ ਨੂੰ ਮੂੰਹ ਕਰਨਾ ਪਰਲੇ ਪਾਸੇ, ਪਰਸਨਲ ਮੋਬਾਈਲ ਹੋਏ ਦਾ ਫਾਇਦਾ ਬਹੁਤ ਆ, ਬਹੁਤ ਜ਼ਿਆਦਾ ਫਾਇਦਾ।
ਇੱਧਰ ਅੱਡ ਫੋਟੋ ਸ਼ੂਟ ਚੱਲੀ ਜਾਂਦਾ ਤੇ ਤਕਦੀਰ ਨੂੰ ਕੋਈ ਚੱਕਰ ਨਹੀਂ, ਖੁੱਲ੍ਹਾ ਮੈਦਾਨ ਮਿਲਿਆ ਪਾਰਕਿੰਗ 'ਚ। ਕੀ ਲੈਣ ਚੱਲੇ? ਦੇਖਣ ਚੱਲੇ ਹਾਂ, ਬੈਗ ਦੇਖਣ ਚੱਲੇ ਹਾਂ। ਵੈਸੇ ਵੀ ਅਸੀਂ ਬੈਗ, ਜੇ ਸਾਨੂੰ ਲੱਗੇ ਵੀ ਹਾਂ ਸਾਡੀ ਬਜਟ 'ਚ ਤਾਂ ਫਿਰ ਲੈ ਲਾਂਗੇ। ਅਸੀਂ ਬੈਗ ਲੈਣੇ ਸੀ ਵੈਸੇ ਵੀ, ਇੱਕ 7 ਕਿਲੋ ਦਾ ਲੈਣਾ ਸੀ। ਇੱਕ ਕਿੰਨੇ ਕਿਲੋ ਦਾ? 20 ਕਿਲੋ ਦਾ। ਚਲੋ ਅਸੀਂ ਕਿਹਾ ਥੋੜ੍ਹਾ ਵਧੀਆ ਹੀ ਲੈ ਲਾਂਗੇ। ਤੂੰ ਸਾਈਡ ਬੈਗ ਲੈਣਾ, ਕਿੱਥੇ ਜਾਣਾ? ਅਫਰੀਕਾ? ਆਪਣੇ ਕੋਲੇ ਆਉਂਦਾ ਨੀ, ਦੋ ਪ੍ਰਕਾਰ ਦਾ ਆਉਂਦਾ ਆਪਣੇ ਕੋਲੇ। ਉਹ ਵੀ 7 ਕਿਲੋ ਮੰਗਾਉਂਦੇ ਨੇ। ਹਾਂ ਉਹ ਵੀ 7 ਕਿਲੋ ਇੰਨੀ ਤਾਂ ਚਲਾ ਕੇ ਏਅਰਪੋਰਟ ਵਾਲੇ ਮਾਰਦੇ ਨੀ ਭਰਜਾਈ। ਇਹ ਤਾਂ ਉੱਤੇ ਦਾ ਰੱਬ ਦਾ ਨਾਮ ਹੀ ਹੈ, ਲੈ ਲਓ ਚੁੱਪ ਕਰਕੇ ਅੱਖਾਂ ਮੀਚ ਕੇ। ਕਿਹੜਾ ਲਈਏ? ਅੱਖਾਂ ਮੀਚ ਕੇ ਜਿਹੜਾ ਮਰਜ਼ੀ ਲੈ ਲਓ, ਇਹ ਵੀ ਉਹੀ ਚੀਜ਼ ਹੈ। ਡਿਸਕਾਊਂਟ ਤੇ 50% ਕਿੰਨੇ ਕਿੰਨੇ ਰੁਪਏ ਦੀ? 4000 ਡਿਸਕਾਊਂਟ ਤੇ ਨਾ ਜਾਓ, ਡਿਸਕਾਊਂਟ ਵਾਲਾ ਹੀ ਦਿਖਾਓ। ਆ ਡਿਸਕਾਊਂਟ ਵਾਲਾ ਵੀ ਦਿਖਾਉਣੇ ਆ ਸਾਨੂੰ ਫਿਰ ਤਾਂ। ਆ ਦੇਖੋ, ਆ ਇਹਦਾ ਹੈਗਾ MRP 5200 ਰੁਪਏ ਹੈ। ਇਹ ਚੋਂ ਮੈਂ ਤੁਹਾਨੂੰ 20% ਲੈਸ ਕਰਤਾ, ਠੀਕ ਹੈ? 4460 ਰੁਪਏ ਦਾ ਰਹਿ ਗਿਆ ਇਹ, ਤੇ ਹੁਣ ਮੇਰੇ ਕੋਲ 30 ਪੈ ਗਏ। ਲੈ ਕੇ ਦੇ, ਕੀ ਲੈ ਕੇ ਦਿੰਦਾ? ਐਨਵਰਸਰੀ ਨੂੰ ਲੈ ਲਾ, ਐਨਵਰਸਰੀ ਆਉਣ ਵਾਲੀ ਹੈ ਫਿਰ। ਹਾਂ ਅਜੇ ਆਈ ਤਾਂ ਨਹੀਂ। ਮੈਂ ਕਹਾਂ ਦੇ ਦੱਸ ਕੀ ਲੈ ਕੇ ਦਿੰਦਾ? ਐਨਵਰਸਰੀ ਆਉਣ ਵਾਲੀ। ਕਹਿੰਦਾ ਆਈ ਥੋੜੀ ਆਉਣ ਵਾਲੀ ਆ, ਉਦੋਂ ਨੂੰ ਡਿਸਕਾਊਂਟ ਹੋਰ ਘੱਟ ਜੂਗਾ। ਰੱਬ ਵੀ ਸਾਥ ਦੇ ਰਿਹਾ, ਕਹਿੰਦਾ ਅੰਨੇ ਅੰਨੇ ਬਾਈ ਨਿਕਲ ਜਾਣੇ ਇਹਨਾਂ ਦੀਆਂ ਨਾਲ ਦੀਆਂ। ਬੰਦੇ ਹੈਗੇ ਬਾਈ ਜੀ? ਕੋਈ ਹੈ? ਅੱਖਾਂ ਮੈਂ ਲਾਈਟ ਜਗਾ ਦਿੰਦੀ ਹਾਂ। ਬਿਲਕੁਲ ਜੀ, ਵੀ ਕੀ ਆਪਣੇ ਹੈਗਾ ਡਿਸਕਾਊਂਟ? ਇੱਕ ਦਿਨ ਉਹ ਦੋਖਰੀ ਆ ਜੀ ਬੰਦੇ, ਕਿੰਨੇ ਦੀ? ਲੱਖ ਲੱਖ ਗੱਡੀ ਕਰਦੀ, ਲੱਖ ਲੱਖ ਐਮਆਰਪੀ ਹੋ ਜੀ। ਬਾਕੀ ਵਿੰਟਰ ਤੇ ਆਪਣੇ ਕੋਲੇ ਬਲੈਟ ਸੀਲ ਕਰ ਦੇ ਦੋ ਦੇ ਨਾਲ ਸੱਤ ਆਏਗਾ। ਟੋਪੀ ਵਾਲੇ ਕੋਟ ਜਿਵੇਂ ਦਾ ਇਦਾਂ ਨੇ ਜੈਕਟ ਪਹਿਰ ਮਿਲ ਜਾਣੀ ਤੁਹਾਨੂੰ ਅੱਗੇ ਲੱਗੀ ਜਾਣੀ। ਲੈ ਮੈਂ ਲਾਈਟ ਕਰਦੀ ਆ, ਜਾ ਤਾਂ ਸਹੀ ਤੂੰ ਆ ਜਾ। ਦੇਖਣ ਦੇ ਵੀ ਪੈਸੇ ਆ ਮੇਰੇ ਕੋਲ। ਹਾਂ ਬੰਦਾ ਆ ਵੇਖ ਲਾ, ਸਾਈਜ਼ ਵੀਰੇ ਐਕਸਲ ਡਬਲ ਐਕਸਲ ਵੀਰੇ, ਦੇਖਣ ਦੇ ਵੀ ਯੂਟੀ ਬਹੁਤ 99% ਜਿਵੇਂ 9000 ਵਾਲੀ ਕਿੰਨੇ ਦੀ? ਮੈਂ ਕਿਹਾ ਅੱਜ ਉਹ ਕਹਿੰਦੇ ਰੱਬ ਵੀ ਚਾਹੁੰਦਾ ਵੀ ਅੱਜ ਇਹਨਾਂ ਦੀਆਂ ਨਾਲ ਦੀਆਂ ਅੱਖਾਂ ਬੰਦ ਕਰਕੇ ਲੰਘ ਜਾਣਾ, ਕੁਛ ਨਾ ਕੁਛ ਲੈ ਨਾ ਲੈਣ। ਲੈਟ ਵਾਰ ਵਾਰ ਬੁਝਾਈ ਜਾਂਦਾ ਹੁਣ ਵੀ ਤੁਰ ਕੇ ਜਾਗਾ। ਇਹਨਾਂ ਨੇ ਕੀਤੀ ਆ ਸ਼ੋਪਿੰਗ ਫੁੱਲ, ਇਹਨੇ ਫੋਰਐਵਰ 21 ਤੋਂ ਕੀਤੀ ਆ। ਇਹ ਕਿੱਥੇ ਗਿਆ ਸੀਗਾ? ਲਿਵਰਪੂਲ ਬੈਗ
ਪ੍ਰੋਗਰਾਮ ਹੋਣਾ ਨਾ ਕੋਈ ਹੋਊਗਾ ਅੰਦਰ ਜਿਹੜਾ ਇੰਨਾ ਕੁਝ ਆਈ ਜਾਂਦਾ ਉਹ ਵੀ ਬਾਬੇ ਨੇ ਕੈਂਠਾ ਪਾਇਆ ਕਾਠੇ ਬਹੁਤ ਹੋਇਆ ਪਿਆ ਹਨਾ ਪਟਾਕੇ ਚਲੀ ਜਾਂਦੇ ਆ ਪਟਾਕੇ ਦੁਖੀ ਹੋ ਗਏ ਚਲੋ ਸ਼ੀਸ਼ੇ ਚ ਮਾਰਿਆ ਜਾਣ ਕੇ ਜਾਣ ਕੇ ਮੁੱਕੀ ਮਾਰ ਗਿਆ ਚਲੋ 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 ਕਢਾਉਂਦੇ ਕਢਾਉਂਦੇ ਗੱਡੀ ਵਾ ਥੈਂਕ ਯੂ ਥੈਂਕ ਯੂ ਘਰੇ ਜਾ ਵੜਕੇ ਇੰਨਾ ਬਹੁਤ ਆ ਗੋਬਿੰਦ ਨਾਲ ਤਾਂ ਚੱਲ ਹੁਣ ਹਜੇ ਵੀ ਗੋਬਿੰਦ ਨੂੰ ਖਾ ਲਿਓ ਅੱਜ ਹੀ ਕਹਾਣੀ ਜੈਂਟਲਮੈਨ ਦਾ ਖੜੇ ਆ ਆਈਸਕ੍ਰੀਮ ਲਿਆਓ ਵੀਰ ਜੀ ਲਿਆ ਆਈਸਕ੍ਰੀਮ ਢੱਠੇ ਤੇ ਬਹਿ ਗਿਆ ਚੱਲਿਆ ਪੀਤੇ ਪੂਰੀ ਪਾ ਕੇ ਆਇਓ ਹੁਣ ਭਾਬੀ ਨੂੰ ਲਾਈ ਜਾਂਦਾ ਦਿਲ ਕੋ ਭਾਬੀ ਵੀਰਪਾਲ ਨੂੰ ਪਿੱਛੇ ਮੂੰਹ ਕਰਕੇ ਫੋਨ ਚੱਕ ਲਾ ਸਾਇਲੈਂਟ ਤੋਂ ਹਟਾਇਆ ਮਿਲ ਜੂਗੀ ਬਰਾਓ ਨਾਲ ਜੁੜੇ ਰਹੋ ਅੱਜ ਤੁਹਾਨੂੰ ਦਿਖਾਵਾਂਗੇ ਆਈਸਕ੍ਰੀਮ ਮਿਲੀ ਕਿ ਨਹੀਂ ਮਿਲੀ ਸਾਰੀ ਮੰਡੀ ਚ ਕਾਫੀ ਕਿਹੜੇ ਆ ਗਿਆ ਮਿਸ਼ਨ ਸਕਸੈਸਫੁਲ ਦੀਦੀ ਜੀ ਆਈਸਕ੍ਰੀਮ ਲੈ ਕੇ ਆ ਗਏ ਕਿਹੜਾ ਆ ਕਾਟਨ ਕੈਂਡੀ ਨਾ ਫਲੇਵਰ ਆ ਪਿਸਤਾ ਤੇ ਆ ਕਿਹੜਾ ਟ੍ਰਬਲ ਚਾਕਲੇਟ ਆ ਚਾਕਲੇਟ ਦੇ ਦੇ ਮੈਨੂੰ ਚਾਕਲੇਟ ਮੈਨੂੰ ਮੈਂ ਅਜੇ ਲੈ ਕੇ ਆਉਣੀ ਆ ਦਿਖਾਉਣਾ ਤੇ ਰੇਸ਼ੀ ਚਾਕਲੇਟ ਮੈਨੂੰ ਤਾਂ ਪੜਾਈ ਦੇ ਕੇ ਐ ਹੀ ਹੋ ਗਿਆ ਕੜੀ ਕੋਈ ਆ ਮੈਨੂੰ ਦੇ ਦੇ ਮੈਨੂੰ ਦੇ ਕੇ ਹਾਏ ਰੱਬਾ ਇਹ ਲੈ ਕੇ ਆਉਣੀ ਆ ਤਾਂ ਦਿਖਾਉਣਾ ਰੇਸ਼ੀ ਸੈਂਪਲ ਆਈ ਗੰਮੀ ਖਾ ਜਾਣੀ ਉਪੜਾ ਦੀ ਪਲਾਸਟਿਕ ਦੀ ਹੁੰਦੀ
ਲਓ ਜੀ ਕਰਕੇ ਬਾਏ ਬਾਏ, ਤੇ ਹੁਣ ਆਪਾਂ ਵੀ ਚੱਲੇ ਪਿੰਡ ਨੂੰ, ਤੇ ਪਿੰਡ ਦੇ ਨਾਲ ਹੀ ਆਪਾਂ ਤੁਹਾਨੂੰ ਦੱਸ ਦਈਏ ਵੀ ਆਪਣਾ ਜਿਹੜਾ ਪੇਪਰਾਂ ਦਾ ਡਾਕੂਮੈਂਟ ਜਿਹੜਾ ਸਾਰੇ ਕੁਛ ਪੂਰੇ ਹੋ ਗਏ, ਠੀਕ ਹੈ। ਟ੍ਰਿਪ ਦੇ ਵਿੱਚ ਰਹਿ ਗਏ ਆਪਣੇ ਜਾਣ ਦੇ ਵਿੱਚ ਸਿਰਫ 3 ਦਿਨ, ਤੇ ਖਿੱਚ ਲਓ ਤਿਆਰੀ, ਫਿਰ ਵਲੌਗਸ ਆਉਣਗੇ ਘੈਂਟ ਤੋਂ ਘੈਂਟ, ਠੀਕ ਹੈ। ਅਤੇ ਆਪਾਂ ਕਿੱਥੇ ਜਾ ਰਹੇ ਹਾਂ ਇਹ ਵੀ ਤੁਹਾਨੂੰ ਹੁਣ ਦੱਸ ਦਈਏ ਬਾਈ ਜੀ। ਆਪਾਂ ਜਾ ਰਹੇ ਹਾਂ 2 ਕੰਟਰੀਜ਼, ਅਤੇ ਪਹਿਲੀ ਕੰਟਰੀ ਜਿੱਥੇ ਆਪਾਂ ਜਾ ਰਹੇ ਹਾਂ ਹੈਗੇ ਮਲੇਸ਼ੀਆ, ਕੁਆਲਾਲੰਪੁਰ ਆਪਾਂ ਜਾਵਾਂਗੇ। ਸੋ ਬਾਈ ਮਲੇਸ਼ੀਆ ਵਾਲਿਓ ਹੋ ਜਾਓ ਤਿਆਰ, ਠੀਕ ਹੈ। ਆਪਾਂ ਆ ਰਹੇ ਹਾਂ ਤੁਹਾਡੇ ਸ਼ਹਿਰ, ਅਤੇ ਆਪਣਾ ਵੈਸੇ ਜਿਹੜਾ ਪਹਿਲਾ ਟ੍ਰਿਪ ਸੀ ਆਪਣਾ ਇੱਧਰ ਦਾ ਬਣਿਆ, ਠੀਕ ਹੈ, ਏਸ਼ੀਆ ਦਾ। ਅਤੇ ਆਪਣੇ ਸਾਰੇ ਡਾਕੂਮੈਂਟ ਹੁਣ ਕੰਪਲੀਟ ਹੋ ਚੁੱਕੇ ਆ, ਅਤੇ ਆਪਾਂ ਮਲੇਸ਼ੀਆ ਪਹਿਲਾਂ ਲੈਂਡ ਕਰਾਂਗੇ, ਠੀਕ ਹੈ। ਅਤੇ ਬਾਕੀ ਕਿਵੇਂ ਰਹਿੰਦੇ ਵਲੌਗ ਆਪਣੇ, ਠੀਕ ਹੈ, ਉਹ ਤੁਸੀਂ ਦੇਖ ਲਿਓ ਅੱਗੇ ਆਉਣਾ। ਜਾਣਾ ਭਾਵੇਂ ਅਸੀਂ 5-6 ਦਿਨਾਂ ਲਈ, ਪਰ ਇੱਦਾਂ ਲੱਗਦਾ ਵੀ ਪਤਾ ਨਹੀਂ ਪੱਕੇ ਚੱਲੇ ਹੁੰਦੇ ਆ, ਵੀ ਇੱਦਾਂ ਫੀਲ ਆ ਰਹੀ ਹੈ। ਉੱਦਾਂ ਹੀ ਆ ਰਹੀ ਆ, ਕਿਉਂਕਿ ਬਹੁਤ ਟਾਈਮ ਬਾਅਦ ਟਰੈਵਲ ਕਰ ਰਹੇ ਹਾਂ। ਬਾਕੀ ਆਪਣਾ ਟਰੈਵਲ ਜਿਹੜਾ 8-9 ਦਿਨਾਂ ਦਾ ਰਹੂਗਾ ਵੈਸੇ, ਠੀਕ ਹੈ। ਅਤੇ ਚਲੋ ਕੋਈ ਗੱਲ ਨਹੀਂ, ਸਟੋਰੀਆਂ ਵਗੈਰਾ ਇੰਸਟਾਗ੍ਰਾਮ 'ਤੇ, ਜੇ ਕੋਈ ਨਹੀਂ ਫੋਲੋ ਕਰਦਾ ਤਾਂ ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ ਡੇਲੀ ਅਪਡੇਟ ਲਈ। ਅਤੇ ਵਲੌਗ ਵੀ 2nd day ਆਉਂਦਾ ਹੀ ਰਹੂਗਾ, ਅਤੇ ਬਸ ਘੈਂਟ ਤੋਂ ਘੈਂਟ ਵਲੌਗ ਆਉਂਦੇ ਰਹਿਣਗੇ। ਅਤੇ ਆਪਾਂ ਸਾਰਿਆਂ ਨੂੰ ਦੱਸਤਾ ਜਿਹੜੇ ਮਲੇਸ਼ੀਆ ਵਾਲੇ ਆ ਬਈ, ਹੁਣ ਜੇ ਉਹ ਵਲੌਗ ਦੇਖਦੇ, ਠੀਕ ਆ, ਤਾਂ ਜ਼ਰੂਰ ਜਿਹੜਾ ਆ ਬਈ ਗਾਈਡ ਕਰਿਓ ਵੀ ਕਿੱਦਾਂ ਕਿੱਦਾਂ ਵੀ ਕਿਹੜੀ ਕਿਹੜੀ ਜਗ੍ਹਾ, ਠੀਕ ਆ, ਵੀ ਹੈਗੀ ਹੈ ਦੇਖਣ ਵਾਲੀ, ਉਹ ਪਰਸਨਲ ਮੈਸੇਜ ਵੀ ਕਰ ਸਕਦੇ ਆ। ਅਤੇ ਬਾਕੀ ਆਪਾਂ ਵੀ ਜਦੋਂ ਸਟੋਰੀ ਪਾਵਾਂਗੇ ਇੰਸਟਾਗ੍ਰਾਮ 'ਤੇ ਸਟੋਰੀ ਪਾ ਦੇਵਾਂਗੇ, ਠੀਕ ਆ, ਵੀ ਕਿੱਥੇ ਆ ਰਹੇ ਹਾਂ ਆਪਾਂ, ਅਤੇ ਉਹ ਇੰਸਟਾਗ੍ਰਾਮ 'ਤੇ ਜਿਹੜੇ ਦੇਖਣ ਵਾਲੇ ਆ ਵੀ ਦੱਸ ਦੇਣਗੇ। ਅਤੇ ਮਿਲਦੇ ਆ ਆਪਾਂ ਨਵੇਂ ਵਲੌਗ ਦੇ ਨਾਲ। ਚੈਨਲ ਨੂੰ ਕਰ ਲਓ ਹੁਣ ਸਬਸਕ੍ਰਾਈਬ, ਕਿਉਂਕਿ ਵਲੌਗ ਅੱਜਦਾ ਕਰਦੇ ਆਪਾਂ ਇੱਥੇ ਐਂਡ। ਅਤੇ ਹੁਣ ਹਨੇਰਾ ਵੀ ਬਹੁਤ ਹੋ ਗਿਆ, ਅਤੇ ਪਿੰਡ ਪਹੁੰਚੀ ਜਲਦੀ ਜਲਦੀ ਯਾਰ, ਅਤੇ ਥੱਕੇ ਬਹੁਤ ਪਏ ਹਾਂ। ਬਾਏ ਬਾਏ, ਗੁੱਡ ਨਾਈਟ।